ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਖੜੂਰ ਸਾਹਿਬ ਹਲਕੇ ਦੀ, ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਅੱਜ ਕੱਲ੍ਹ ਦਿਖਾਈ ਦੇ ਰਹੀਆਂ ਨੇ ਚੋਣ ਪ੍ਰਚਾਰ ਕਰਦੀਆਂ। ਅਕਾਲੀ ਦਲ ਜਿੱਥੇ ਆਪਣੀ ਪਾਰਟੀ ਦੇ ਹੱਕ ਵਿੱਚ ਵਿਕਾਸ ਦੇ ਦਾਅਵਿਆਂ ਦੇ ਲਾਰੇ ਲਗਾ ਕੇ ਚੋਣ ਪ੍ਰਚਾਰ ਕਰ ਰਹੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਅਕਾਲੀ ਦਲ ਦੇ ਖਿਲਾਫ ਚੋਣ ਪ੍ਰਚਾਰ ਕਰ ਰਹੀਆਂ ਨੇ। ਆਓ ਦੇਖਦੇ ਹਾਂ ਅੱਜ ਦੇ ਚੋਣ ਪ੍ਰਚਾਰ ਬਾਰੇ। ਕਾਂਗਰਸ ਪਾਰਟੀ ਦੇ ਰਮਨ ਸਿੱਕੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਬੇਸ਼ੱਕ ਖਡੂਰ ਸਾਹਿਬ ਸੀਟ ਕੁਝ ਸਮਾਂ ਲਵਾਰਸ ਰਹੀ, ਪਰ ਸਿਆਸਤਦਾਨ ਕੋਈ ਵੀ ਇੱਥੇ ਨਜ਼ਰ ਨਾ ਆਇਆ। ਹੁਣ ਜਿਵੇਂ ਹੀ ਜ਼ਿਮਨੀ ਚੋਣ ਦਾ ਸਮਾਂ ਨਜ਼ਦੀਕ ਆਇਆ ਤਾਂ ਇਹ ਹਲਕਾ ਸਿਆਸੀ ਗੜ ਬਣ ਚੁੱਕਾ ਹੈ। ਆਏ ਦਿਨ ਇਸ ਹਲਕੇ 'ਚ ਕਾਂਗਰਸ ਪਾਰਟੀ ਤੇ ਆਜ਼ਾਦ ਉਮੀਦਵਾਰ ਤੇ ਭਾਈਵਾਲ ਪਾਰਟੀ ਭਾਜਪਾ ਦੇ ਵਰਕਰ ਅਕਾਲੀ ਦਲ ਦੇ ਵਿਰੋਧ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਦੂਜੇ ਪਾਸੇ ਅਕਾਲੀ ਦਲ ਆਪਣੇ ਹੀ ਹੱਕ ਵਿੱਚ ਲੋਕਾਂ ਨੂੰ ਉਤਰਨ ਦੀ ਲਗਾਤਾਰ ਅਪੀਲ ਕਰਦਾ ਨਜ਼ਰ ਆ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ ਤਾਂ ਹੋਰ ਅਕਾਲੀ ਲੀਡਰ ਵੀ ਨਾਲ ਮੌਜੂਦ ਸਨ, ਪਰ ਭਾਈਵਾਲ ਪਾਰਟੀ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਾ ਆਇਆ। ਖੈਰ, ਪ੍ਰਚਾਰ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਮਨਜੀਤ ਸਿੱਕੀ ਤੇ ਕੁਝ ਇਸ ਤਰ੍ਹਾਂ ਨਿਸ਼ਾਨਾ ਸਾਧਿਆ। ਐਮਐਲਏ ਸਿੱਕੀ ਨੇ ਕਿਹਾ, ਮੈਂ ਅਸਤੀਫਾ ਇਸ ਲਈ ਦੇ ਰਿਹਾ ਕਿ ਇੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਮੈਨੂੰ ਬੜਾ ਦੁੱਖ ਲੱਗਿਆ। ਸਿੱਕੀ ਸਾਹਿਬ, ਤੁਹਾਨੂੰ ਪਤਾ ਕਿਸ ਪਾਰਟੀ ਤੋਂ ਤੁਸੀਂ ਐਮਐਲਏ ਬਣੇ ਹੋ? ਕੀ ਤੁਹਾਨੂੰ ਦੁੱਖ ਨਹੀਂ ਲੱਗਿਆ ਜਦੋਂ ਤੁਸੀਂ ਕਾਂਗਰਸ ਦੀ ਟਿਕਟ ਮੰਗੀ ਸੀ? ਤੁਹਾਨੂੰ ਪਤਾ ਨਹੀਂ ਸੀ ਉਦੋਂ ਕਿ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਸਿੱਖ ਕੌਮ ਦੀ ਬੇਅਦਬੀ ਕੀਤੀ ਹੈ? ਕੀ ਤੁਸੀਂ ਉਹਦਾ ਭੁੱਲ ਗਏ ਸੀ ਕਿ ਕਾਂਗਰਸ ਦੇ ਹੁਕਮ ਤੇ ਟੈਕਾ ਤੋਪਾਂ ਨਾਲ ਆਪਣੇ ਗੁਰੂ ਧਾਮਾਂ ਤੇ ਹਮਲਾ ਕੀਤਾ ਗਿਆ, ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਗਏ, ਹਜ਼ਾਰਾਂ ਲੋਕ ਦਿੱਲੀ, ਕਾਨਪੁਰ, ਬੰਬਈ ਭੈਣਾਂ ਭਰਾਵਾਂ ਨੂੰ ਕਤਲੇਆਮ ਕੀਤਾ ਗਿਆ? ਉਦੋਂ ਤਾਂ ਦੁੱਖ ਆਇਆ ਨੀ ਜਦੋਂ ਟਿਕਟ ਲਿੱਤੀ ਸੀ ਉਦੋਂ। ਕੀ ਤੁਸੀਂ 2017 ਦੀ ਟਿਕਟ ਫਿਰ ਤੋਂ ਲਓਗੇ ਕਾਂਗਰਸ ਤੋਂ? ਕਾਂਗਰਸ ਨੇ ਸਦਾ ਸਿਆਸਤ ਖੇਡੀ ਹੈ। ਉਧਰ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਿੱਤ ਨਾ ਹੋਣ ਦੇ ਡਰ ਤੋਂ ਹੀ ਵਿਰੋਧੀ ਪਾਰਟੀਆਂ ਮੈਦਾਨ ਛੱਡ ਕੇ ਭੱਜ ਗਈਆਂ। ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡੇ ਮਾਰਜਨ ਨਾਲ, ਬਹੁਤ ਵੱਡੀ ਗਿਣਤੀ ਨਾਲ ਬ੍ਰਹਮਪੁਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ, ਇਹੀ ਕਾਰਨ ਬਣਿਆ। ਵਿਰੋਧੀ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਇਲੈਕਸ਼ਨ ਜਿੱਤ ਰਿਹਾ ਤੇ ਉਹਨਾਂ ਨੇ ਚੋਣ ਮੈਦਾਨ ਕਦੇ ਨਹੀਂ ਛੱਡਣਾ ਸੀ। ਇਹ ਤਾਂ ਬਾਨੇਬਾਜ਼ੀ ਆ ਅੱਜ ਜਿਹੜੇ ਪਾ ਰਹੇ, ਭਾਵੇਂ ਉਹ ਟੋਪੀ ਵਾਲੇ ਆ ਤੇ ਭਾਵੇਂ ਇਹ ਆ, ਉਹ ਪਿਛਲੀ 22 ਇਲੈਕਸ਼ਨਾਂ ਵੀ 2 ਹੋਈਆਂ ਨੇ, ਜ਼ਮਾਨਤਾਂ ਜ਼ਬਤ ਹੋਈਆਂ ਨੇ, ਪਤਾ ਸੀ ਕਿ ਐਤਕੀ ਇੱਥੋਂ ਉੱਤੋਂ ਬੁਰਾ ਹਾਲ ਹੋਣਾ, ਤਦੇ ਉਹਨਾਂ ਨੇ ਬਹਾਨਾ ਬਣਾਇਆ ਤੇ ਇਲੈਕਸ਼ਨ ਤੋਂ ਬਾਹਰ। ਇਹਨਾਂ ਹੀ ਨਹੀਂ, ਅਕਾਲੀ ਦਲ ਨੂੰ ਕਾਂਗਰਸ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦਾ ਡਰ ਸਤਾ ਰਿਹਾ ਹੈ, ਕਿਉਂਕਿ ਬਿਕਰਮ ਮਜੀਠੀਆ ਲਗਾਤਾਰ ਆਪ ਪਾਰਟੀ ਦੇ ਉੱਤੇ ਤੰਜ ਕੱਸਦੇ ਨਜ਼ਰ ਆਏ। ਕੋਈ, ਮੈਂ ਇੱਕ ਗੱਲ ਸਪਸ਼ਟ ਕਰਦਾ, ਪੰਜਾਬ ਦੇ ਲੋਕ ਬਹੁਤ ਸੂਝਵਾਨ ਹੈ, ਬਹੁਤ ਡੂੰਘੇ ਲੋਕ ਹੈ। ਜੇ ਬਾਰਡਰ 'ਤੇ ਰਹਿੰਦੇ ਆ ਨਾ, ਜੇ ਵਿਰੋਧੀ ਤਾਕਤਾਂ ਦਾ ਇਹ ਸਾਹਮਣਾ ਕਰਕੇ ਫਿਰ ਵੀ ਚੜ੍ਹਦੀ ਕਲਾ 'ਚ ਰਹਿੰਦੇ ਆ, ਇਸ ਗੱਲ ਨੂੰ ਪੰਜਾਬ ਦੇ ਲੋਕ ਸਮਝ ਗਏ ਆ। ਉਹਨਾਂ ਨੇ ਦਿੱਲੀ 'ਚ ਹਾਲ ਵੇਖ ਲਿਆ ਕੀ ਹੋ ਗਿਆ, ਨਟੰਕੀ ਪਾਰਟੀ ਨੇ, ਲੋਕਾਂ ਨੇ ਇੱਥੇ ਆਪਦੇ ਤਰੱਕੀ ਚਾਹੁੰਦੇ, ਖੁਸ਼ਹਾਲੀ ਚਾਹੁੰਦੇ, ਸਥਿਰਤਾ ਚਾਹੁੰਦੇ, ਅਤੇ ਉਸ ਨੂੰ, ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਵਰਨਮੈਂਟ ਨੂੰ ਮੁੜ ਦੁਬਾਰਾ ਮੌਕਾ ਦੇਣਗੇ ਮੇਰਾ। ਖੈਰ, ਸਦਭਾਵਨਾ ਰੈਲੀਆਂ 'ਚ ਲੋਕਾਂ ਦੇ ਇਕੱਠ ਤੋਂ ਖੁਸ਼ ਹੋਣ ਵਾਲੀ ਅਕਾਲੀ ਦਲ ਲਈ ਖਡੂਰ ਸਾਹਿਬ ਹਲਕੇ 'ਚ ਇਕੱਠ ਕਰਨਾ ਥੋੜਾ ਮੁਸ਼ਕਿਲ ਲੱਗ ਰਿਹਾ ਹੈ, ਕਿਉਂਕਿ ਉਪ ਮੁੱਖ ਮੰਤਰੀ ਦੇ ਵਿਕਾਸ ਦੇ ਦਾਅਵੇ ਸੁਣਨ ਖਾਲੀ ਪਈਆਂ ਕੁਰਸੀਆਂ ਲੋਕਾਂ ਦੇ ਇਕੱਠ ਨਾ ਹੋਣ ਦਾ ਗਵਾਹ ਬਣ ਗਈਆਂ। ਫਿਲਹਾਲ ਖਡੂਰ ਸਾਹਿਬ ਹਲਕਾ ਲੋਕਾਂ ਲਈ ਅੱਜਕੱਲ੍ਹ ਕਾਫੀ ਦਿਲਚਸਪੀ ਬਣਿਆ ਹੋਇਆ ਹੈ, ਕਿਉਂਕਿ ਜਿਨ੍ਹਾਂ ਸਿਆਸਤਦਾਨਾਂ ਨੂੰ ਉਹ ਆਪਣੀਆਂ ਮੁਸ਼ਕਿਲਾਂ ਸੁਣਾਉਣ ਦੇ ਲਈ ਲੱਭਦੇ ਫਿਰਦੇ ਨੇ, ਅੱਜਕੱਲ੍ਹ ਸਭ ਹਲਕੇ ਦੇ ਅੰਦਰ ਹੀ ਲਗਾਤਾਰ ਨਜ਼ਰ ਆ ਰਹੇ ਨੇ। ਨਿਊਜ਼ ਐਕਸ ਤੋਂ ਸ਼ੈਰੀ ਗੌਰਵਾ ਦੇ ਨਾਲ ਵਿਜੇ ਕੁਮਾਰ, ਗਲੋਬਲ ਪੰਜਾਬ ਟੀਵੀ, ਤਰਨ ਤਾਰਨ।